ਸਾਰੇ ਪਿੰਡਾਂ ਭਰਾਵਾਂ ਨੂੰ ਜੈਮ ਸੀ ਦੀ ਮੈਂ ਇਸ ਵੇਲੇ ਪਿੰਡ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹਾਂ। ਪ੍ਰਭੂ ਨੇ ਇਸ ਘਰ ਵਿੱਚ ਅਦਭੁਤ ਕੰਮ ਕੀਤਾ ਹੈ। ਇਹ ਜੋ ਸਾਡੀ ਬੱਚੀ ਬਹੁਤ ਜ਼ਿਆਦਾ ਬਿਮਾਰ ਸੀ ਔਰ ਇਸ ਨੂੰ ਚੱਕ ਕੇ ਪਹਿਲੀ ਵਾਰੀ ਚਰਚ ਵਿੱਚ ਲੈ ਕੇ ਆਏ ਔਰ ਫਿਰ ਕਈ ਵਾਰ ਪਹਿਲੇ ਦਿਨਾਂ ਦੇ ਵਿੱਚ ਚੱਕ ਕੇ ਲੈ ਕੇ ਆਉਂਦੇ ਨੇ। ਪ੍ਰਾਰਥਨਾਵਾਂ ਕੀਤੀਆਂ, ਅੱਜ ਇਹ ਬੱਚੀ ਚੱਲ ਫਿਰ ਰਹੀ ਹੈ। ਥੋੜਾ ਚੱਲ ਕੇ ਦਿਖਾਓ ਆਪਣੇ ਆਪ, ਨਹੀਂ ਤਾਂ ਪ੍ਰਭੂ ਦਾ ਧੰਨਵਾਦ। ਇਸ ਭੈਣ ਨੇ ਬੜੀ ਮਿਹਨਤ ਕੀਤੀ ਆ, ਥੋੜਾ ਇਹ ਵੀ ਆਪਣੀ ਜਵਾਨੀ ਦੱਸੇਗੀ ਕਿੰਨੇ ਦੁੱਖ ਇਸ ਬੇਟੀ ਦੇ ਵਾਸਤੇ ਇਸਨੇ ਝੱਲੇ। ਹਾਲੇਲੂਯਾ। ਮੇਰੀ ਬੇਟੀ ਦਾ ਜਵਾਨ ਸੀ, ਚੱਲਦੀ ਹੁੰਦੀ ਅਸੀਂ ਚੱਕ ਚੱਕ ਕੇ ਚਰਚ ਦੇ ਵਿੱਚ ਪਾਸਟਰ ਜੀ ਰੱਬ ਦੇ ਦਾਸਾਂ ਕੋਲ ਲੈ ਕੇ ਜਾਂਦੇ ਰਹੇ ਹਾਂ। ਇਹਨਾਂ ਨੇ ਬਹੁਤ ਮਿਹਨਤ ਕੀਤੀ, ਇਹਨਾਂ ਨੇ ਬਹੁਤ ਪ੍ਰਾਰਥਨਾ ਕੀਤੀ ਮੇਰੀ ਬੱਚੀ ਵਾਸਤੇ। ਅੱਜ ਮੇਰੀ ਬੱਚੀ ਚੱਲਣ ਲੱਗ ਗਈ, ਕਰਨ ਕਰਨ ਲੱਗ ਗਈ ਹੈ ਅਤੇ ਰੱਬ ਇਹਨੂੰ ਅੱਗੇ ਵੀ ਚੰਗੀ ਕਰੇਗਾ, ਇਹ ਪ੍ਰਭੂ 'ਤੇ ਵਿਸ਼ਵਾਸ ਆ ਸਾਨੂੰ ਸਾਰਿਆਂ ਨੂੰ। ਚੈਨ ਸੀ। ਹਾਲੇਲੂਯਾ, ਹਾਲੇਲੂਯਾ, ਤੁਸੀਂ ਬੋਲ ਹਾਲੇਲੂਯਾ, ਹਾਲੇਲੂਯਾ। ਪ੍ਰਭੂ ਦਾ ਧੰਨਵਾਦ ਸਾਰਿਆਂ ਨੂੰ। ਜੈਮਸੀ ਦੀ ਮੈਂ ਇਹੀ ਦੱਸਣਾ ਚਾਹੁੰਦਾ ਆਪ ਸਭ ਨੂੰ ਵੀ, ਜਿੰਨੇ ਤੁਸੀਂ ਸੁਣ ਰਹੇ ਹੋ, ਪ੍ਰਭੂ ਦੀ ਤੁਹਾਡੇ ਤੇ ਕਿਰਪਾ ਹੈ ਔਰ ਤੁਸੀਂ ਪ੍ਰਭੂ ਦੇ ਵਿੱਚ ਵਧਦੇ ਜਾਓ। ਦੁਖੀ ਬਿਮਾਰ ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਆਓ ਔਰ ਪ੍ਰਭੂ ਤੁਹਾਡੇ ਲਈ ਜ਼ਰੂਰ ਬਰਕਤ ਦੇਵੇਗਾ, ਚੰਗਿਆਈ ਦੇਵੇਗਾ। ਉਹ ਸਰੀਰ ਦੀ ਚੰਗਿਆਈ ਵੀ ਦਿੰਦਾ ਹੈ, ਆਤਮਾ ਦੀ ਚੰਗਿਆਈ ਵੀ ਦਿੰਦਾ ਹੈ, ਕਿਉਂਕਿ ਉਹ ਮਰ ਕੇ ਜ਼ਿੰਦਾ ਹੋਇਆ ਸਾਡਾ ਯਿਸੂ। ਇਸ ਲਈ ਅਸੀਂ ਕਹਿੰਦੇ ਹਾਂ, ਮੇਰਾ ਯਿਸੂ ਬਚਾਉਣੇ ਵਾਲਾ ਜ਼ਿੰਦਾ ਹੈ, ਯਿਸੂ ਨਾਮ ਸੇ ਸ਼ੈਤਾਨ ਸ਼ਰਮਿੰਦਾ ਹੈ। ਹਾਲੇਲੂਯਾ, ਹਾਲੇਲੂਯਾ। ਬਰਕਤ ਦੇਵੇ ਸਭ ਨੂੰ। ਜੈ ਮਸੀਹ।